यूट्यूब ते आह तीन कंजर कपल जुड़े आ यार जिन्हां ने पैसा कमाउण दे खातर व्यूआं दे खातर ओ गंद खाना पाया भी रह रब दा ना ते मुड़ के कहंदे जी साडी पर्सनल लाइफ आ पर्सनल टट्टू दी लाइफ इह सवेर तो तुसीं अपनी जनानी उठण तो लैके किन्ने बजे नहाउंदी आ की करदी आ ते शामां नूं किन्ने बजे ओह बैड ते पैंदी आ ओहनूं सड़ा के ओह वाला बलॉग तुसीं यूट्यूब दे उत्ते पा के तां फेस वाली तुहानूं नींद आउंदी आ फिर तुसीं कहिंदे साडी पर्सनल लाइफ आ बई रात नूं जिहड़ा कैमरा तुसीं बंद करदे ओह वी हाला ना करिया करो लाइव दिखा दिया करो वी बैड दे उत्ते ला के हां सामणे गीठी दे कैमरा रख के इक हाथ वाला जिहड़ा फिंडा जिहा ओह जे तेनूं साला किसे ने कुड़ी देई दित्ती आ तां ओहनूं मैं रब दा भाणा मन के रख लां इक आह बलॉग देख लो जिहड़ा पाया इहने आखे संदीप ने देखो किहड़ा टैटू बनवा लिया लै ते साडे फुद्दू लोग देखण किन्ने दे आ एक दिन दे विच 1.5 लाख दे करीब जिहड़े फुद्दू लोग हजे एक दिन दे विच सामने आए आ यार की सिखदे तुसीं इहनां तों फिर तुसीं कहिंदे आखे जी पर्सनल लाइफ आ जे पर्सनल लाइफ आ तुसीं इहनां नूं फॉलो करदे आ फिर अपनियां भैणां नूं अपनियां घर वालियां दियां हत्थां 'च मोबाइल फड़ाओ अपनियां भैणां नूं फड़ाओ फोन वी हां अपने घर वाले नाल पा जे तुहानूं इह चंगे लगदे आ देखदे तां तुसीं इहनां नूं ताइयां जे लाइक करदे आ तां वी इहनां नाल कम्म फड़ लो तुसीं वी ਤਾਂ ਮੁੜ ਕੇ ਜਿਹੜੇ ਮੈਨੂੰ ਕਹਿੰਦੇ ਆਖੇ ਤੂੰ ਨਾ ਦੇਖ ਆ ਕਿ ਤੂੰ ਕਾਹਦੀ ਦੇਖਦਾ ਆਖੇ ਤੂੰ ਵੀ ਆਹ ਫੋਟੋ ਲਾਈ ਆ ਤਾਂ ਹੀ ਦੇਖਦਾ ਹੋਊਗਾ ਯਾਰ ਜੇ ਹੁਣ ਖਬਰਾਂ ਦੇਣੀਆਂ ਹੋਣ ਨਾ ਤਾਂ ਖਬਰਾਂ ਪੜਨੀਆਂ ਪੈਂਦੀਆਂ ਹੁੰਦੀਆਂ ਮੋਟੀਆਂ ਮੋਟੀਆਂ ਨਹੀਂ ਤਾਂ ਤੁਹਾਡੇ ਵਰਗੇ ਫੁੱਦੂ ਲੋਕ ਤਾਂ ਇੱਥੇ ਹੋਰ ਵਧੀ ਜਾਣਗੇ ਦਿਨੋਂ ਦਿਨ 7-7 ਲੱਖ ਲੋਕੀ ਦੇਖੀ ਜਾਂਦਾ ਯਾਰ ਹੜਦੂ ਲਾਂ ਤੇ ਇਹਨਾਂ ਦੇ ਵਲੌਗ ਦੇਖਣ ਵਾਲੇ ਹੁੰਦੇ ਆ ਜਿਹੜਾ ਚੇਪੂ ਜਿਹਾ ਮੇਰੀ ਘਰ ਵਾਲੀ ਨੇ ਜਿਹੜੀ ਆ ਹੁਣ ਪੇਕਿਆਂ ਦੇ ਚੱਲੀ ਆ ਮੇਰੀ ਘਰ ਵਾਲੀ ਨੇ ਕਰੇਲੇ ਬਣਾ ਲਏ ਆ ਕੋਈ ਸਾਲਾ ਕਰੇਲਿਆਂ ਦੀਆਂ ਵੀਡੀਓ ਪਾਈ ਜਾਂਦਾ ਆ ਇਹ ਆ ਆਖੇ ਮੇਰੀ ਭੈਣ ਬਿਮਾਰ ਹੋ ਗਈ ਮੇਰੀ ਘਰ ਵਾਲੀ ਅੱਜ ਮੈਂ ਕਿਚਨ ਦੇ ਵਿੱਚ ਹੈਲਪ ਕੀਤੀ ਹੱਦ ਹੋ ਗਈ ਯਾਰ ਘਰ ਵਾਲੀਆਂ ਨਾ ਹੋਈਆਂ ਤੁਹਾਡੀਆਂ ਇੱਕ ਜਿਹੜਾ ਦੂਜੇ ਦੇਸ਼ ਦੇ ਵਿੱਚ ਰਹਿੰਦਾ ਆ ਉਹ ਵੀ ਸਾਲੇ ਪਤਾ ਨਹੀਂ ਕੀ ਸਮਝਦੇ ਆ ਯਾਰ ਮੁੜ ਕੇ ਕਹਿੰਦੇ ਗਾਲਾਂ ਕੱਢਦਾ ਇਹ ਉਹ ਤਾਂ ਕਰਕੇ ਯਾਰ ਜਿਹੜੇ ਇਹਨਾਂ ਨੂੰ ਦੇਖਦੇ ਆ ਨਾ ਜੇ ਤਾਂ ਤੁਸੀਂ ਇਹਨਾਂ ਨੂੰ ਫੋਲੋ ਕਰਦੇ ਇਹਨਾਂ ਨੂੰ ਸਿੱਖਦੇ ਆ ਫਿਰ ਤੁਸੀਂ ਆਪਣੀਆਂ ਭੈਣਾਂ ਦੇ ਆਪਣੇ ਘਰ ਵਾਲੀਆਂ ਦੇ ਹੱਥਾਂ 'ਚ ਫੋਨ ਫੜਾਓ ਤੇ ਕਰੋ ਆਹ ਕੰਮ ਸ਼ੁਰੂ ਯਾਰ ਯਾਰ ਪੈਸੇ ਖਾਤਰ ਆਪਣੀਆਂ ਜਨਾਨੀਆਂ ਨੂੰ ਤੁਸੀਂ ਕੀ ਕੁਛ ਕਰਨ ਲਈ ਲਾਤਾ ਆਪਸ ਵਾਲੇ ਖੁਸਰੇ ਬਣ ਗਏ ਇਹਨਾਂ ਦੇ ਘਰ ਵਾਲੇ ਮਹੀਨੇ ਦਾ 2-2 ਲੱਖ ਰੁਪਇਆ ਚੱਕਦੇ ਆ ਸਿਰਫ ਸਾਡੇ ਫੁੱਦੂ ਲੋਕਾਂ ਦੇ ਖਾਤਰ ਇਹ ਜਿਹੜੇ ਇਹਨਾਂ ਨੂੰ ਦੇਖਦੇ ਆ ਬਿਨਾਂ ਮਿਹਨਤ ਤੋਂ ਕਿੱਦਾਂ ਪੈਸਾ ਕਮਾਈਦਾ ਉਹ ਜਾਂ ਤਾਂ ਇਹਨਾਂ ਤੋਂ ਦੇਖੇ ਤੇ ਜਾਂ ਜਿਹੜੇ ਇਹਨਾਂ ਨੂੰ ਦੇਖਣ ਵਾਲੇ ਉਹਨਾਂ ਤੋਂ ਪੁੱਛ ਲੈ ਬੰਦਾ ਜਨਾਨੀਆਂ ਨੂੰ ਧੰਦਾ ਬਣਵਾ ਦਿੱਤਾ ਯਾਰ ਤੁਸੀਂ ਕੱਲੀ ਕੱਲੀ ਜਨਾਨੀ ਦਿਖਾਉਂਦੇ ਵੀ ਆਹ ਬਾਥਰੂਮ 'ਚ ਚਲ ਗਈ ਅਤੇ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਹੁਣ ਤੱਕ ਲਈ ਇੰਨਾ ਹੀ ਜਲਦੀ ਮਿਲਾਂਗੇ ਕਿਸੇ ਹੋਰ ਨਵੀਂ ਅਤੇ ਵੱਡੀ ਅਪਡੇਟ ਦੇ ਨਾਲ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਸੁੱਖ ਟੀਵੀ 'ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈੱਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਧੰਨਵਾਦ